ਹਾਂ ਤਾਂ ਪਿਆਰੇ ਬੱਚੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਜਵਾਹਰ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਕੀਤੀ ਹੈ। ਉਹਦੇ ਵਿੱਚ ਬੇਟਾ ਤੁਹਾਨੂੰ ਦੱਸਿਆ ਸੀਗਾ ਵੀ ਹਲੇ 2 ਮਹੀਨੇ ਆਪਾਂ ਜ਼ਿਆਦਾ ਕੰਮ ਮੈਂਟਲ ਅਬਿਲਟੀ ਅਤੇ ਪੰਜਾਬੀ ਦੇ ਉੱਤੇ ਕਰਾਂਗੇ, ਕਿਉਂਕਿ ਤੁਸੀਂ ਹਲੇ ਗਣਿਤ ਦਾ ਸਿਲੇਬਸ ਸਕੂਲਾਂ ਦੇ ਵਿੱਚ ਕਰਦੇ ਹੋਵੋਗੇ। ਗਣਿਤ ਨੂੰ ਅਸੀਂ ਥੋੜ੍ਹਾ ਜਿਹਾ ਬਾਅਦ ਦੇ ਵਿੱਚ ਟੱਚ ਕਰਾਂਗੇ। ਅਤੇ ਬੇਟਾ ਆਪਾਂ ਪੰਜਾਬੀ ਦਾ ਪੇਪਰ 2024 ਦੇ ਵਿੱਚ ਜਿਹੜਾ ਪੇਪਰ ਆਇਆ ਸੀ ਉਹਨੂੰ ਧਿਆਨ ਦੇ ਨਾਲ ਦੇਖਦੇ ਹਾਂ, ਪਹਿਲਾ ਪੈਰਾ, ਕਿਉਂਕਿ ਪੰਜਾਬੀ ਦਾ ਪੇਪਰ ਬੇਟਾ 20 ਨੰਬਰ ਦਾ ਪੇਪਰ ਆਉਂਦਾ ਹੈ ਜਿਹਦੇ ਵਿੱਚ 4 ਪੈਰੇ ਦਿੱਤੇ ਹੁੰਦੇ, ਪੈਰੇ ਦੇ ਵਿੱਚ ਹਰ ਪੈਰੇ 'ਚ ਪੰਜ ਪੰਜ ਸਵਾਲ ਹੁੰਦੇ ਆ। ਤਾਂ ਪਹਿਲਾ ਪੈਰਾ ਜਿਹੜਾ ਇਸ ਸਾਲ ਦੇ ਫਾਈਨਲ ਪੇਪਰ ਦੇ ਵਿੱਚ ਆਇਆ ਸੀ ਉਹਨੂੰ ਅਸੀਂ ਧਿਆਨ ਦੇ ਨਾਲ ਪੜ੍ਹਦੇ ਹਾਂ ਬੇਟਾ। ਇਹ ਸੌਖਾ ਹੀ ਹੁੰਦਾ ਪੋਰਸ਼ਨ, ਤਾਂ ਧਿਆਨ ਨਾਲ ਪੜ੍ਹਨਾ ਹੁੰਦਾ, ਉਦੋਂ ਬਾਅਦ 'ਚ ਆਪਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਆ। ਤਾਂ ਕਹਿੰਦਾ ਤੁਸੀਂ ਸਮਾਜਿਕ ਕਾਰਜਕਰਤਾ ਅਤੇ ਮਹਾਨ ਪਰਿਆਵਰਨਵਾਦੀ ਸੁੰਦਰ ਲਾਲ ਬਹੁਗੁਣਾ ਬਾਰੇ ਜ਼ਰੂਰ ਸੁਣਿਆ ਹੋਵੇਗਾ। ਉਹਨਾਂ ਦਾ ਜਨਮ ਉੱਤਰਾਖੰਡ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਹਨਾਂ ਦਾ ਪਿੰਡ ਉੱਚੀਆਂ ਪਹਾੜੀਆਂ ਉੱਤੇ ਹਰੇ ਭਰੇ ਜੰਗਲਾਂ ਨਾਲ ਘਿਰਿਆ ਹੋਇਆ ਸੀ। ਜੰਗਲ ਮੁੱਲਵਾਨ ਰੁੱਖਾਂ ਨਾਲ ਭਰੇ ਹੋਏ ਸਨ। ਖੇਡ ਦਾ ਸਮਾਨ ਬਣਾਉਣ ਵਾਲੀਆਂ ਅਨੇਕਾਂ ਕੰਪਨੀਆਂ ਨੇ ਰੁੱਖਾਂ ਦੀ ਕਟਾਈ ਸ਼ੁਰੂ ਕਰ ਦਿੱਤੀ। ਇਸ ਦਾ ਪਰਿਣਾਮ ਇਹ ਹੋਇਆ ਕਿ ਆਸ ਪਾਸ ਦੇ ਖੇਤਰਾਂ ਵਿੱਚ ਵਿਨਾਸ਼ਕਾਰੀ ਹੜ੍ਹ ਆਉਣੇ ਸ਼ੁਰੂ ਹੋ ਗਏ। ਹੜ੍ਹ ਤੋਂ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਆਪਣੇ ਜੀਵਨ ਵਿੱਚ ਜੰਗਲਾਂ ਦਾ ਮਹੱਤਵ ਸਮਝ ਆ ਗਿਆ। ਤਾਂ ਬੇਟਾ ਇਹਦੇ ਵਿੱਚ ਆ ਪੈਰਾ ਅਸੀਂ ਧਿਆਨ ਨਾਲ ਪੜ੍ਹਿਆ। ਫਿਰ ਬੇਟਾ 61 ਨੰਬਰ ਪ੍ਰਸ਼ਨ ਦੇ ਉੱਤੇ ਆ ਕੇ ਤੁਹਾਨੂੰ ਫਿਰ ਦੱਸ ਦਵਾਂ ਪੁੱਤ, 80 ਨੰਬਰ ਦਾ 80 ਸਵਾਲਾਂ ਦਾ ਟੋਟਲ ਪੇਪਰ ਹੁੰਦਾ ਆ। ਹਰ ਸਵਾਲ ਦੇ 1.5 ਨੰਬਰ ਆ ਜਿਹੜੇ ਉਹ ਹੁੰਦੇ ਆ। ਤਾਂ 1 ਤੋਂ ਲੈ ਕੇ 40 ਤੱਕ ਸਵਾਲ ਆ ਜਿਹੜੇ ਉਹ ਮਾਨਸਿਕ ਯੋਗਤਾ ਦੇ ਹੁੰਦੇ ਆ, 41 ਤੋਂ ਲੈ ਕੇ 60 ਤੱਕ ਗਣਿਤ ਦਾ ਪੋਰਸ਼ਨ ਹੁੰਦਾ, 61 ਤੋਂ ਲੈ ਕੇ 80 ਤੱਕ ਪੰਜਾਬੀ ਦਾ ਪੋਰਸ਼ਨ ਹੁੰਦਾ। ਤਾਂ ਆਪਾਂ ਸਾਲ 2024 ਦਾ ਪੰਜਾਬੀ ਦਾ ਪੇਪਰ ਪਹਿਲਾ ਪੈਰਾ ਸ਼ੁਰੂ ਕੀਤਾ ਹੋਇਆ। ਤਾਂ ਇਹ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ। 61 ਨੰਬਰ 'ਤੇ ਕਹਿੰਦਾ ਸੁੰਦਰ ਲਾਲ ਬਹੁਗੁਣਾ ਇੱਕ ਮਹਾਨ ਖਾਲੀ ਥਾਂ ਸਨ, ਪਰਿਆਵਰਨਵਾਦੀ, ਵਿਗਿਆਨਕ, ਅਧਿਆਪਕ, ਚਿਕਿਤਸਕ। ਤਾਂ ਬੇਟਾ ਉੱਪਰ ਆਪਾਂ ਪੈਰੇ ਦੇ ਵਿੱਚ ਪੜ੍ਹਿਆ ਸੀ ਵੀ ਪਰਿਆਵਰਨਵਾਦੀ ਸੀਗੇ ਸੁੰਦਰ ਲਾਲ ਬਹੁਗੁਣਾ ਜਿਹੜੇ ਹੈਗੇ ਆ, ਠੀਕ ਹੈ। ਤਾਂ ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ, ਠੀਕ ਹੈ। ਪੈਰੇ ਦੇ ਅਨੁਸਾਰ ਹੀ ਆਪਾਂ ਉੱਤਰ ਦੇਣਾ, ਆਪਦੀ ਮਰਜ਼ੀ ਨਾਲ ਉੱਤਰ ਨਹੀਂ ਦੇਣਾ। ਅਗਲਾ ਸਵਾਲ ਹੈਗਾ, ਕਹਿੰਦਾ ਉਹਨਾਂ ਦਾ ਪਿੰਡ ਖਾਲੀ ਥਾਂ ਘਿਰਿਆ ਹੋਇਆ ਸੀ, ਸੰਘਣੇ ਜੰਗਲਾਂ ਨਾਲ, ਭੂਰੇ ਜੰਗਲਾਂ ਨਾਲ, ਹਰੇ ਭਰੇ ਜੰਗਲਾਂ ਨਾਲ। ਤਾਂ ਬੇਟਾ ਆਪਾਂ ਪੈਰੇ ਦੇ ਵਿੱਚ ਸਪਸ਼ਟ ਪੜ੍ਹਿਆ ਸੀਗਾ ਵੀ ਉਹਨਾਂ ਦਾ ਘਰ ਆ ਜਿਹੜਾ ਉਹ ਹਰੇ ਭਰੇ ਜੰਗਲਾਂ ਦੇ ਨਾਲ ਘਿਰਿਆ ਹੋਇਆ ਸੀਗਾ, ਠੀਕ ਹੈ ਬੇਟਾ। ਤਾਂ ਹਰੇ ਭਰੇ ਜੰਗਲਾਂ ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ 63 ਨੰਬਰ ਸਵਾਲ, ਕਹਿੰਦਾ ਜੰਗਲਾਂ ਦੀ ਕਟਾਈ ਦੇ ਪਰਿਣਾਮ ਸਵਰੂਪ ਆਉਣ ਲੱਗਾ ਲੱਗੇ ਖਾਲੀ ਥਾਂ, ਕਹਿੰਦਾ ਵਿਨਾਸ਼ਕਾਰੀ ਹੜ੍ਹ, ਜਲਤਰ, ਸੋਕਾ, ਖੋਜ, ਦੀਪ। ਤਾਂ ਬੇਟਾ ਆਪਾਂ ਪੈਰੇ 'ਚ ਪੜ੍ਹਿਆ ਸੀ ਵਿਨਾਸ਼ਕਾਰੀ ਹੜ੍ਹ ਆ ਜਿਹੜੇ ਆਉਣ ਲੱਗ ਪਏ ਸੀਗੇ, ਠੀਕ ਹੈ, ਇਹਨੂੰ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ 64 ਨੰਬਰ ਦੇ ਉੱਤੇ, ਸੁੰਦਰ ਲਾਲ ਬਹੁਗੁਣਾ ਖਾਲੀ ਥਾਂ ਸੰਗਿਆ ਹੈ,
ਜਾਤੀਵਾਚਕ, ਸਮੂਹਵਾਚਕ, ਭਾਵਵਾਚਕ, ਵਿਅਕਤੀਵਾਚਕ। ਤਾਂ ਬੇਟਾ ਸੁੰਦਰ ਲਾਲ ਬਹੁਗੁਣਾ ਵਿਅਕਤੀਵਾਚਕ ਸੰਗਿਆ ਜਿਹੜੀ ਇਹਨੂੰ ਰਿਪ੍ਰਜੈਂਟ ਕਰਦਾ ਪਿਆ ਆ, ਇਸ ਕਰਕੇ ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ 65 ਨੰਬਰ 'ਤੇ ਇਸ ਪੈਰੇ ਦਾ ਆਖਰੀ ਸਵਾਲ। ਕਹਿੰਦਾ ਮੁੱਲਵਾਨ ਦਾ ਸਮਾਨ ਅਰਥਕ ਸ਼ਬਦ ਹੈ। ਬੇਟਾ ਜਾਂ ਸਮਾਨ ਅਰਥਕ ਜਾਂ ਵਿਰੋਧੀ ਸ਼ਬਦ ਪੁੱਛਦਾ ਹੁੰਦਾ। ਮੁੱਲਵਾਨ ਦਾ ਇੱਕ ਤਾਂ ਕਿਰਨਾਤਮਕ, ਇਹ ਤਾਂ ਬਣਦਾ ਨਹੀਂ, ਅਪਿਆ ਨਹੀਂ, ਆਣ ਉਪਯੋਗੀ ਵੀ ਨਹੀਂ ਕਿਉਂਕਿ ਇਹ ਵਿਰੋਧੀ ਹੋ ਗਿਆ। ਤਾਂ ਮੁੱਲਵਾਨ ਦਾ ਜਿਹੜਾ ਸਮਾਨਜਨਕ ਅਰਥ ਕੀ ਹੈ, ਅਮੁੱਲ, ਅਨਮੋਲ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਇਹਦੇ ਨਾਲ ਹੀ ਪਹਿਲਾ ਪੈਰਾ ਜਿਹੜਾ ਸਾਡਾ ਬੇਟਾ 60 ਤੋਂ ਲੈ ਕੇ 65 ਤੱਕ ਸਵਾਲ ਕੰਪਲੀਟ ਹੋ ਗਏ। ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।